ਪਿੱਛੇ ਕਰ ਦੋ ਫਿਰ ਮੈਂ ਕਰ ਲਾਂ ਠੀਕ ਆ। ਚਲੋ ਮੈਂ ਮੰਮੀ ਨੂੰ ਵੀ ਇਹ ਗੱਲ ਕਹਿੰਦਾ ਹੁਣ, ਇਹ ਨਹੀਂ ਵੀ ਚਲੋ ਆਪਾਂ ਆਪਣੇ ਤੇ ਨਹੀਂ ਲਾਗੂ ਕਰਦੇ, ਪੁੱਛਣਾ ਵਾ ਮੰਮੀ ਨੂੰ ਇਹ ਗੱਲ ਮੈਂ ਕਹਿੰਦਾ ਹੁੰਦਾ, ਕੋਈ ਸਬਜ਼ੀ ਵਾਲਾ ਰੇਹੜੀ ਵਾਲਾ ਜਿਹੜੇ ਰੇਹੜੀਆਂ ਵਾਲੇ ਸਪੈਸ਼ਲੀ ਉਹਨਾਂ ਨਾਲ ਭਾਅ ਤੋਲ ਨਾ ਕਰਿਆ ਕਰੋ ਹਨਾ, ਮਿਹਨਤ ਕਰਦੇ ਆ ਨਾ ਅਗਲੇ। ਚਲੋ ਮੈਨੂੰ ਕੋਕ ਦੇ ਦੇ ਪਲੀਜ਼। ਨਾ ਖਾਓ ਕਾਤੇ ਇਸ ਸਨੀ ਖੋਕ, ਇਸ ਸਨੀ ਖੋਕ ਨਾ ਇੱਕੀ ਇੱਕੀ ਆਪਣੀ ਗੱਡੀ ਕਿੱਥੇ ਇੱਥੇ ਕਰਕੇ ਬਣਾਉਣਾ ਮੈਂ। ਹੈਲੋ ਜੀ, ਸਤਿ ਸ਼੍ਰੀ ਅਕਾਲ, ਕਿਵੇਂ ਹੋ? ਆਈ ਹੋਪ ਸਾਰੇ ਠੀਕ ਠਾਕ ਹੋਵੋਗੇ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਆ ਤੇ ਬਹੁਤ ਟਾਈਮ ਬਾਅਦ ਤੁਹਾਡੇ ਆਪਣੇ ਚੈਨਲ ਟੈਕਨੀਕਲ ਜੱਟਸ ਚ। ਥਾਪੀ ਹਮੇਸ਼ਾ ਜੋੜ ਵਾਲੇ ਦਾ ਚਿੰਨ ਹੁੰਦੀ ਹੈ, ਜਿਹਦੇ ਜੋੜ ਹੁੰਦਾ ਉਹੀ ਮਾਰਦਾ ਤੇ ਅਸੀਂ ਇਹੀ ਮਾਰਦੇ ਰਹਾਂਗੇ ਜਿੰਨਾ ਚਿਰ ਜੋੜ ਆਊਗਾ। ਜਿਵੇਂ ਕਿ ਆਪਾਂ ਨੂੰ ਰੈਗੂਲਰ ਮਤਲਬ ਜਿਹੜੇ ਨਾਲ ਆਪਣੇ ਜੁੜੇ ਉਹਨਾਂ ਨੂੰ ਪਤਾ ਲੱਗ ਹੀ ਗਿਆ, ਪਿੱਛੇ ਜੇ ਆਪਾਂ ਦੋ ਸ਼ਾਰਟ ਵਲੌਗ ਪਾਏ ਸੀ ਵੀ ਆਪਣਾ ਮਤਲਬ ਅਮਰੀਕਾ ਦਾ ਬਣ ਗਿਆ ਸੀ, ਵੀਜ਼ਾ ਲੱਗ ਗਿਆ ਸੀ ਤੇ ਆਪਾਂ ਪਹੁੰਚ ਗਏ ਅਮਰੀਕਾ ਤੇ ਆਪਾਂ ਨੂੰ ਆਇਆ ਨੂੰ ਦੋ ਚਾਰ ਦਿਨ ਹੋ ਗਿਆ ਤੇ ਹੁਣ ਆਪਾਂ ਹਾਂਜੀ ਮਿੱਤਰੋ ਤੇ ਆਪਾਂ ਰੈਡੀ ਆ ਤੇ ਲੈ ਕੇ ਘਰਦਿਆਂ ਨੂੰ ਨਾਲ ਤੇ ਨਿਕਲਦੇ ਆ। ਅੱਜ ਮੇਬੀ ਸ਼ੋਪਿੰਗ ਮਾਲ ਦਾ ਪਲਾਨ ਆ ਜਾਣ ਦਾ, ਸ਼ੋਪਿੰਗ ਕਰਨ ਦਾ, ਤੇ ਇਸੇ ਬਹਾਨੇ ਆਪਾਂ ਦੇਖ ਲਾਂਗੇ ਕਿਉਂਕਿ ਭੇਤ ਹੈ ਨੀ ਆਪਾਂ ਨੂੰ ਜਮਾ ਹੀ ਅਮਰੀਕਾ ਦਾ ਮਤਲਬ ਸਿਆਟਲ ਦਾ। ਆਪਣਾ ਜਿਹੜਾ ਸ਼ਹਿਰ ਆ ਸਿਆਟਲ ਆ, ਵਾਸ਼ਿੰਗਟਨ ਚ ਪੈਂਦਾ, ਵਾਸ਼ਿੰਗਟਨ ਸਟੇਟ ਆ ਸ਼ਾਇਦ। ਸੋ ਨਾਲੇ ਦੇਖਦੇ ਆ ਬਾਬਾ ਜੀ, ਕੱਲ ਮਾੜਾ ਜਿਹਾ ਗਏ ਸੀਗੇ ਉਦੋਂ ਮੈਂ ਛੋਟਾ ਵਲੌਗ ਅਪਲੋਡ ਕਰੂੰਗਾ, ਉਹ ਥੋੜੀਆਂ ਵੀਡੀਓ ਕਲਿੱਪ ਮੈਂ ਕੀਤੀਆਂ ਸੀਗੀਆਂ ਆਪਣੇ ਰਿਕਾਰਡ ਕੀਤੀਆਂ ਸੀ ਥੋੜੀਆਂ ਜਿਹੀਆਂ, ਤਾਂ ਉਹ ਸ਼ਾਰਟ ਵਲੌਗ ਚ ਪਾ ਕੇ ਆਪਾਂ ਅਪਲੋਡ ਕਰਾਂਗੇ ਰਾਈਟ। ਤੇ ਅੱਜ ਆਪਾਂ ਨਿਕਲਦੇ ਆ ਨਾਲ ਲੈ ਕੇ ਨਾਲੇ ਬਾਜੀ ਦੀਆਂ ਆਈਟਮਾਂ ਤਾਂ ਦਿਖਾਵਾਂਗੇ। ਗਰਬਾਜ ਬਹੁਤ ਸ਼ਰਾਰਤੀ ਹੋ ਗਿਆ, ਸਾਲ ਡੇਢ ਸਾਲ ਚ ਪੂਰੀ ਲੈਟ ਹੋਣ ਲੱਗ ਪਿਆ ਵਾ। ਤੇ ਚਲੋ ਫਿਰ ਨਿਕਲਦੇ ਆ, ਬੜਾ ਟਾਈਮ ਕੀ ਵੇਸਟ ਕਰਨਾ। ਸਹੀ ਆ ਉਸਤਾਦ ਜੀ, ਆ ਜਾਓ ਫਿਰ ਨਾਲ ਤੇ ਸਬਸਕ੍ਰਾਈਬ ਜ਼ਰੂਰ ਕਰ ਦਿਓ ਚੈਨਲ ਨੂੰ, ਜਿਹੜੇ ਬਾਈ ਨਵੇਂ ਆ ਦੇਖਦੇ ਪਏ। ਤੇ ਹੋਰ ਆਪਾਂ ਘੈਂਟ ਘੈਂਟ ਵਲੌਗ ਅਪਲੋਡ ਕਰਾਂਗੇ ਇੱਥੇ USA ਦੇ, ਜਿੱਥੇ ਜਿੱਥੇ ਵੀ ਜਾਵਾਂਗੇ ਤੁਹਾਨੂੰ ਪੂਰਾ ਨਾਲ ਹੀ ਇੱਕ ਹਿਸਾਬ ਦਾ ਲੈ ਕੇ ਤੁਰਾਂਗੇ ਆਪਾਂ, ਨਾਲ ਹੀ ਦਿਖਾਵਾਂਗੇ ਤੁਹਾਨੂੰ ਸਾਰਾ ਕੁਛ। ਠੀਕ ਹੈ ਜੀ, ਸਬਸਕ੍ਰਾਈਬ ਕਰ ਦਿਓ ਚੈਨਲ ਨੂੰ ਤੇ ਲਾਈਕ ਕਰ ਦਿਓ ਵੀਡੀਓ ਨੂੰ ਤੇ ਸ਼ੇਅਰ ਕਰ ਦਿਓ ਆਪਣੇ ਯਾਰਾ ਦੋਸਤਾਂ ਨਾਲ। ਠੀਕ ਹੈ ਜੀ, ਤੇ ਆ ਜਾਓ ਲੈਟਸ ਗੋ। ਜਿਹਨਾਂ ਗੱਡੀਆਂ ਨੂੰ ਫੋਟੋਆਂ 'ਚ ਦੇਖਿਆ ਸੀ ਤਾਂ ਮਹਾਰਾਜ ਨੇ ਦੇ ਲੋ ਉਹ ਦਿਨ ਲੈ ਆਉਂਦਿਆ ਜੀ, ਉਹਨਾਂ ਦੇ ਵਿੱਚ ਬਿਠਾ ਦਿੱਤਾ। ਸੋ ਨੀਤ ਸਾਫ ਸੱਚੀ ਰੱਖਣੀ ਬਹੁਤ ਜ਼ਰੂਰੀ ਹੈ ਕਿਉਂਕਿ ਲੱਤਾਂ ਖਿੱਚਣ ਵਾਲੇ ਉੱਥੇ ਹੀ ਰਹਿ ਜਾਂਦੇ ਆ, ਅਤੇ ਜਿਹਨਾਂ ਦੇ ਮਨ ਸਾਫ ਹੁੰਦੇ ਆ ਅਤੇ ਮਿਹਨਤ 'ਤੇ ਯਕੀਨ ਰੱਖ ਕੇ ਚੱਲਦੇ ਆ ਨਾ, ਟਾਈਮ ਲੱਗ ਜਾਂਦਾ ਵਾ ਪਰ ਇੱਕ ਨਾ ਇੱਕ ਦਿਨ ਉੱਥੇ ਪਹੁੰਚ ਜਾਂਦੇ ਆ। ਬਾਜੋ ਲੈਸ ਗੋ, ਹੈਂ ਕਿੱਦਾਂ? ਆ ਤੇ ਪ੍ਰੈਸ ਕਰੋ, ਪ੍ਰੈਸ ਕਰੋ, 1 2 3 ਉਧਰਲਾ ਵੀ, ਉਧਰਲਾ ਵੀ, 1 ਪੋਜ਼ ਦੇ ਦੇ ਫਿਕਰ ਬਾਅਦ ਇੱਕ ਵਾਰੀ।
ਫੋਟੋ ਖਿਚਾਉਣੀ ਆ ਗਈ ਆ ਗਈ ਹੁਣ ਡਿਆ ਫੋਟੋ ਨਹੀਂ ਖਿਚਾਉਣੀ ਫਿਰ ਗੁਰਬਾ ਫੋਟੋ ਖਿਚਾ ਲਾ ਵਾਓ ਚੂਚ ਸਵੀਟ ਕਿੱਥੇ ਆ ਹੋ ਕਿੱਥੇ ਗਿਆ ਗੁਰਬਾਜ ਲੁੱਕ ਗੁਰਬਾਜ ਗੁਰਬਾਜ ਕਿੱਥੇ ਆ ਓਏ ਓਏ ਕੀ ਬਾਏ ਓ ਤੋ ਮਨੀ ਵਾਓ ਮਮੀ ਲੁੱਕ ਆ ਗਿਵ ਚੰਕ ਐਂਡ ਚੀਜ਼ ਇਹ ਕਿੱਦਾਂ ਕਾਲੀਆਂ ਪਈਆਂ Thank you. Let's go. Gurbaj, this side. Gurbaj. What is that? This is what is this? Koi bhi khel sakda hai. Main bech hu paise to hone hi hain. ਹੋ ਗਈ ਆ ਚੱਲਦੀ ਤਾਂ ਹੈ ਨਹੀਂ ਗੀ ਗੁਰਬਾਜ ਅੱਜ ਆਹ ਸਾਈਕਲ ਚਲਾਈਏ ਨਹੀਂ ਇਹ ਕਦੇ ਹੋਰ ਕੋ ਖੇਡਾਂਗੇ ਅਮਰੀਕਾ ਬਸ ਆਹ ਕੁਛ ਕਰਨ ਆਏ ਆਪਾਂ ਸਾਈਕਲ ਉਹ ਵੀ ਜਿਹੜਾ ਚੱਲਦਾ ਨੀ ਜਾਮ ਹੋਇਆ ਚੱਲ ਛੱਡ ਹੈਲੋ ਜੀ ਕਿਵੇਂ ਹੋ ਇੱਥੇ ਪਤਾ ਨਹੀਂ ਕੀ ਚੱਕਰ ਪਿਆ ਖਨੀ ਤਾਂ ਮਤਲਬ ਮਾਈਕ ਬੰਦ ਹੋ ਗਿਆ ਪਤਾ ਨਹੀਂ ਕੀ ਚੱਕਰ ਮਤਲਬ ਸਾਊਂਡ ਹੀ ਨਹੀਂ ਜਮਾ ਹੀ ਰਿਕਾਰਡ ਹੋਇਆ ਆਹ ਵੀਡੀਓ ਦਾ ਇੱਥੋਂ ਪਿੱਛੋਂ ਜਿੰਨੇ ਵੀ ਆਹ ਕਲਿੱਪ ਐਡਿਡ ਆ ਚਲੋ ਕੋਈ ਨਾ ਨਹੀਂ ਹੋਇਆ ਤਾਂ ਨਹੀਂ ਹੋਇਆ ਆਪਾਂ ਤੁਹਾਡੇ ਲਈ ਕਰ ਦਿੰਦੇ ਹਾਂ ਕਮੈਂਟਰੀ ਤਾਂ ਇੱਥੇ ਇਹ ਸੀਗਾ ਸੈਕਸ਼ਨ ਜਿਹਾ ਬਣਿਆ ਇਹਨੂੰ ਚੰਕ ਐਂਡ ਚੀਜ਼ ਪਤਾ ਨਹੀਂ ਕਹਿੰਦੇ ਆ ਇੱਥੇ ਸਿਆਟਲ 'ਚ ਹੀ ਆ ਇਹ ਜਵਾਕਾਂ ਲਈ ਗੇਮਾਂ ਗੁੰਮਾਂ ਜਿਹਦਾ ਇੱਥੇ ਆਪਣੇ ਜਲੰਧਰ ਵੀ ਹੈਗਾ ਮਤਲਬ ਪ੍ਰਿਥਵੀ ਪਲੈਨਟ 'ਚ ਵੀ ਆ ਫਿਰ ਕਈ ਥਾਵਾਂ ਮੌਲਾਂ 'ਚ ਬਣਿਆ ਹੁੰਦਾ ਇਹ ਜਵਾਕਾਂ ਦੀਆਂ ਗੇਮਾਂ ਗੁੰਮਾਂ ਜਿਹੀਆਂ ਹੁੰਦੀਆਂ ਐਵੇਂ ਗੱਡੀਆਂ ਗੁੱਡੀਆਂ ਜਿਹੀਆਂ ਭਜਾਈ ਫਿਰਦੇ ਆ ਮਤਲਬ ਜੀ ਲੁੱਟ ਮਚਾਈ ਹੋਈ ਆ ਇੱਥੇ ਆਪਣੇ ਇੱਥੇ ਪੈਸਿਆਂ ਦਾ ਹੁੰਦਾ ਇਹ ਸਿਸਟਮ ਜਾਂ ਇੱਥੇ ਟਿਕਟਾਂ ਜਿਹੀਆਂ ਦਾ ਮਤਲਬ ਕਾਰਡ ਬਣ ਜਾਂਦਾ ਵਿੱਚ ਐਡਿਡ ਹੋ ਜਾਂਦੇ ਆ ਮਤਲਬ ਉਹ 'ਚ ਪੈਸੇ ਪਵਾ ਲਓ ਅਤੇ ਖੇਡੀ ਜਾਓ ਵਿੱਚ ਅਤੇ ਕਿਤੇ ਵੀ ਟੱਚ ਕਰ ਕਰਕੇ ਮਸ਼ੀਨ 'ਤੇ ਤਾਂ ਇੱਥੇ ਅਸੀਂ ਲਾਈ ਰੇਸ ਅਤੇ ਰੇਸ ਗਏ ਜਦ ਅਤੇ ਗੁਰਬਾਜ ਹੁਣੀ ਕਹਿੰਦੇ ਬਸ ਇੱਕ ਚੀਜ਼ ਤੋਂ ਬੋਰ ਹੋ ਗਏ ਹੁਣ ਸੈਕਿੰਡ ਚੀਜ਼ 'ਤੇ ਆ ਗਏ ਇੱਥੇ ਬੋਲਾਂ ਜੀਆਂ ਦੇਖ ਕੇ ਕਹਿੰਦਾ ਪਤਾ ਨਹੀਂ ਕੋਈ ਸਮਝ ਜੀ ਤਾਂ ਆਈ ਨਹੀਂ ਇਹ ਬੋਲਾਂ ਜੀ ਇਹਦੇ ਵਿੱਚ ਪਾ ਕੇ ਕੀ ਕਰਨਾ ਹੀ ਖਾਨੀ ਉਹ 'ਚ ਮਟਕੇ ਜਿਹਾ 'ਚ ਪਾਉਣੀਆਂ ਸੀਗੀਆਂ ਪਤਾ ਨਹੀਂ ਕੈਚ ਕਰਨੀਆਂ ਸੀ ਕਹਿੰਦਾ ਜੇ ਅੱਧੀ ਗੇਮ ਤਾਂ ਅਸੀਂ ਇਸ ਉਲਝਣ 'ਚ ਹੀ ਨਗਾਤੀ ਅਤੇ ਮੁੜ ਕੇ ਅਸੀਂ ਆ ਗਏ ਆਹ ਜਿਹੜੀ ਅਤੇ ਇੱਥੇ ਅਸੀਂ 100 million ਨਹੀਂ 13 ਟਿਕਟਾਂ ਜਿੱਤ ਗਏ ਇਹ ਤੁਹਾਨੂੰ ਦੱਸਿਆ ਹੈ ਨਾ ਇਹ ਗੇਮਾਂ ਗੁੰਮਾਂ ਤਾਂ ਤਾਂ ਸਕੈਮ ਹੀ ਆ ਸਿੱਧਾ ਸਿੱਧਾ ਅਤੇ ਹੁਣ ਆਪਾਂ ਆ ਜਾਂਦੇ ਹਾਂ ਵਾਪਸ ਓਰੀਜਨਲ ਵੀਡੀਓ ਸੁਣ ਆਰ ਯੂ ਇੰਜੋਇੰਗ ਇੰਜੋਇੰਗ ਆ ਦੇ ਕਿਛੀ ਕਰ ਦੋ ਫਿਰ ਮੈਂ ਵੀ ਕਰ ਲਾਂ ਗੁਰਬਾਜ ਤਾਂ ਬਾਬਾ ਲਹਿਰ ਪਾਉਣ ਡਿਆ ਜੇਸੀ ਫੈਨੇ ਇਹ ਤਾਂ ਬੁੜੀਆਂ ਵਾਲਾ ਹੈ ਉੱਦਾਂ ਆਹ ਅੱਛਾ ਜਵਾਕਾਂ ਲਈ ਬਣਿਆ ਨਾ ਪਲੇਇੰਗ ਏਰੀਆ ਜਿਹਾ ਹਾਲਾ ਆਪਣੇ ਤਾਂ ਉੱਥੇ ਆਪ ਹੀ ਘੜੀਸਣੇ ਪੈਂਦੇ ਆ ਇੱਥੇ ਜਵਾਕ ਨੂੰ ਛੱਡ ਸਕਦੇ ਆ ਨਾ ਮਤਲਬ ਨੇ ਨਿਆਣਿਆਂ ਨੇ ਇਹ ਤਾਂ ਮਤਲਬ ਬਾਪੂ ਆ ਉਹਦੇ ਬੈਠਾ ਜਵਾਕ ਨੂੰ ਲੈ ਕੇ ਤੇ ਛੱਡ ਦੇਣਾ ਉਹਨੇ ਆਪੇ ਖੇਡੀ ਖੁੱਡੀ ਜਾਣਾ ਤੇ ਘਰ ਦੇ ਨਾ ਉਹਨਾਂ ਸ਼ੋਪਿੰਗ ਕਰ ਸਕਦੇ ਆ ਇੱਕ ਜਾਣੇ ਨੂੰ ਉਹ ਵੀ ਬਾਹਲਾ ਸਾਂਭਣਾ ਨਹੀਂ ਪੈਣਾ ਜਵਾਕ ਨੇ ਆਪੇ ਹੀ ਇੱਥੇ ਲਹਿਰ 'ਚ ਪਈ ਜਾਣੀ ਆ ਵਧੀਆ ਸਿਸਟਮ ਆ ਯਾਰ ਬਾਹਰ ਲਾ ਦਾ
ਮੈਨੂੰ ਕੋਕ ਦੇ ਦੇ ਪਲੀਜ਼। ਨੋ ਕੋਕ। ਕਾਤੇ ਇਸ ਸਨੀ ਕੋਕ। ਇਸ ਸਨੀ ਕੋਕ? ਨੋ ਐਕੀ ਐਕੀ। ਤੇ ਮੈਂ ਸਨੀ ਆ। ਫਾਦਰ ਇਸ ਫਾਦਰ। ਪਲੀਜ਼ ਦੇ ਦੋ। ਨੋ ਫਾਦਰ ਇੱਕ। ਓਹੀ ਫਾਦਰ। ਹੀ ਫਾਦਰ। ਓ ਸਪਾਈਡਰ ਆ? ਯੈਸ। ਓ ਮਾਈ ਗੋਡ, ਮੈਂ ਪੀ ਨਹੀਂ ਸਕਦਾ ਹਨਾ। I can't drink because of spider in the spider coke. Oh my gosh, thank you for saving my life. Arbaj, you want t-shirt? Red t-shirt. Do you want it? You want Seahawk? This one? No. Why? Which one? That one. Puttu tu chota aje, eh ta baddi aa, eh ta baddi aa. Putta tu chota aa. Putta ha, ਤੂੰ ਛੋਟਾ ਆ ਨਾ, ਫਿਰ ਤੈਨੂੰ ਛੋਟੀ ਲੈਣੀ ਪੈਣੀ ਟੀ ਸ਼ਰਟ ਪੁੱਤੂ। ਉਹ ਜਿਹੜੀ ਉਹ ਲੈਣੀ? ਯੂ ਵਾਂਟ ਦਿਸ? ਯਾ ਲੈਟਸ ਬਾਏ ਸੇਮ ਮਾਮਾ ਭਾਂਜਾ। ਯਾ ਯੈਸ ਓਕੇ। ਇਹ ਕੀ ਆਈਟਮ ਆ? ਸਿਨੇਮਨ ਰੋਲ। ਸਿਨੇਮਨ ਰੋਲ, ਇਹਦੇ 'ਚ ਕੀ ਆ? ਚੀਜ਼ ਕਰੀਮ ਲੱਗੀ ਆ ਨਾ, ਕਰੀਮ। ਮੈਂ ਤਾਂ ਪਹਿਲੀ ਵਾਰੀ ਖਾਦਾ। ਮਾਤਾ ਦਾ ਫੋਨ ਹੈ, ਨੱਤ ਕਰਾਉਣ ਦੀ ਪੂਰੀ ਫਰੈਸ਼ ਬਣਾਉਂਦੇ ਮੈਂ ਉਹਨੂੰ ਬੇਕ ਕਰਦੇ। ਪਰ ਭਾਈ ਯੂ ਲਾਈਕ ਇਟ? ਓਕੇ। ਗਰਬਾਜ ਵਾਏ, why you do that all the time? Huh? No. 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 Spider in that. Let's go. Let's go. Let's go. Garbage. apni gaddi kithe hai? itthe karke banana main. ਲਓ ਜੀ, ਸ਼ੋਪਿੰਗ ਕਰ ਲਈਆਂ। ਮੈਂ ਤਾਂ ਚਲੋ ਕੀਤਾ ਨਹੀਂ ਕੋਪੀ, ਲਿਆ ਨਹੀਂ, ਇੱਧਰੋਂ ਘਰਦਿਆਂ ਨੇ ਕਰ ਲਈ ਸ਼ੋਪਿੰਗ ਡਨ। ਅਸੀਂ ਖਾ ਕੇ ਉਹ ਪਤਾ ਨਹੀਂ ਕੀ ਹੀ ਕਰੀਮ ਜੀ ਲਾ ਕੇ ਬ੍ਰੈਡ 'ਤੇ ਦੇ ਤੀ ਅਗਲਿਆਂ ਨੇ, ਸਿੱਧੀ ਸਿੱਧੀ ਲੁੱਟ ਮਚਾਈ ਆ ਇੱਥੇ ਅਮਰੀਕਾ 'ਚ ਤਾਂ ਨਹੀਂ। ਇੱਕ ਉਹ ਦਵਾ ਰੋਟੀ ਮੁਲਖੇ ਦੁਕਾਨੋਂ ਲੈ ਕੇ, ਸਮਝ ਲਓ ਵੀ ਉੱਤੇ ਕਰੀਮ ਲਾ ਲਓ ਥੋੜ੍ਹੀ ਜਿਹੀ ਲੈ ਕੇ, ਬਸ ਉਹ ਬਣ ਗਿਆ। ਕੀ ਸੀ? ਸਿਨੇਮਨ ਰੋਲ ਦਾ ਨਾਮ ਦੇ ਦਿੱਤਾ। ਦੱਸ ਮੈਂ ਕਿਹਾ ਜਿਵੇਂ ਉਹ ਬ੍ਰੈਡ ਜੀ 'ਤੇ ਲਾ ਕੇ ਕਰੀਮ ਜੀ, ਐਂ ਨਹੀਂ ਜਿਵੇਂ ਮਤਲਬ ਬਹੁਤ ਰੋਇਲ ਡਿਸ਼ ਹੁੰਦੀ ਆ ਖਾਣ ਨੂੰ, ਔਖਾ ਹੀ ਆ। ਪਰ ਮੈਂ ਪਹਿਲਾਂ ਤਾਂ ਇੰਗਲੈਂਡ ਵੀ ਰਿਹਾ, ਮਤਲਬ ਜਿਹੜੇ ਆਪਾਂ ਨੂੰ ਜਾਣਦੇ ਉਹਨਾਂ ਨੂੰ ਤਾਂ ਪਤਾ ਆ, ਪਰ ਇੰਗਲੈਂਡ ਨਾਲੋਂ ਜੇ ਕਹਿ ਲਈ ਕੰਪੇਅਰ ਕਰਨਾ ਹੋਵੇ ਬ੍ਰੋ, ਨੋ ਕੰਪੀਟੀਸ਼ਨ। ਸਪੈਸ਼ਲੀ ਜੇ ਗੱਲ ਕਰੀਏ ਰੋਡਸ, ਹਾਊਸਿਸ, ਸ਼ੋਪਸ ਤਾਂ ਚਲੋ ਸੇਮ ਹੀ ਹੁੰਦੀਆਂ ਵਾ, ਪਰ ਦਾ ਏਰੀਆ ਕਹਿ ਲਓ, ਸਪੇਸ ਬਹੁਤ ਆ, ਮਤਲਬ ਬਹੁਤ ਖੁੱਲ੍ਹਾ ਡੁੱਲਾ ਜਿਹਾ, ਜਿਹੜਾ ਸਪੈਸ਼ਲੀ ਸਾਡੇ ਵਾਲਾ ਏਰੀਆ ਵਾ ਸਿਆਟਲ, ਬਿਊਟੀਫੁਲ। ਆ ਗਿਆ ਜੀ ਟੈਕੋ ਬੈਲ ਅਮਰੀਕਾ ਵਾਲਾ, ਅਸੀਂ ਪਹਿਲਾਂ ਖਾਧਾ ਇੰਡੀਆ ਵਾਲਾ। ਟੈਕੋ ਨਹੀਂ, ਟਾਕੋ। ਟਾਕੋ, ਸੋਰੀ, ਠੀਕ ਹੈ ਜੀ, ਟਾਕੋ ਬੈਲ ਹੈ ਜੀ। ਸੈਸਟਰ ਹੁਣੀ ਕਹਿ ਰਹੇ ਆ, ਸੈਸਟਰ ਹੀ ਹੁੰਦਾ ਨਾ ਕਿ ਸਿਸਟਰ ਹੁੰਦਾ। ਸਪਲੀਮੈਂਟ, ਆਹ ਤਾਂ ਸਪਲੀਮੈਂਟ ਦੀ ਦੁਕਾਨ, ਇੱਥੋਂ ਲੈ ਕੇ ਜਾਊਂਗਾ ਪ੍ਰੋਟੀਨ ਆਈਸੋਲੇਟ। ਉੱਥੇ ਵੀ ਹੈਗੇ, ਇੱਕੋ ਥੋੜਾ ਹੁੰਦਾ ਆਪਣੀ ਸਿਟੀ 'ਚ, ਬਥੇਰੇ ਆ ਨੇੜੇ ਨੇੜੇ। ਯਾਰ ਆਹ ਤਾਂ ਟਰੱਕ ਆਉਂਦਾ ਦੇਖ ਬਾਬੇ, ਕਿਹੜਾ ਜੀ ਪੀਟਰ ਬੈਲਟ ਆ ਨਾ ਇਹ, ਕੋਈ ਹੋਰ ਆ? ਨਹੀਂ ਬਾਬਾ, ਗੱਲ ਵਾ ਦੇਖਣਾ ਸੋਹਣਾ ਬਣਾਇਆ ਜੇ ਪਿੰਡਾਂ 'ਚ ਲੱਗ ਜਾਣਾ ਇੱਦਾਂ ਦੇ।
ਚਲੋ ਮੈਂ ਮੰਮੀ ਨੂੰ ਵੀ ਇਹ ਗੱਲ ਕਹਿਣਾ ਹੁਣ ਇਹ ਨੀ ਵੀ ਚਲੋ ਆਪਾਂ ਆਪਣੇ ਤੇ ਨੀ ਲਾਗੂ ਕਰਦੇ, ਪੁੱਛ ਲਓ ਮੰਮੀ ਨੂੰ ਇਹ ਗੱਲ ਮੈਂ ਕਹਿਣਾ ਹੁਣ ਕੋਈ ਸਬਜ਼ੀ ਵਾਲਾ ਰੇਹੜੀ ਵਾਲਾ ਜਿਹੜੇ ਰੇਹੜੀਆਂ ਵਾਲੇ ਸਪੈਸ਼ਲੀ ਉਹਨਾਂ ਨਾਲ ਭਾਅ ਤੋਲ ਨਾ ਕਰਿਆ ਕਰੋ ਹਨਾ, ਮਿਹਨਤ ਕਰਦੇ ਆ ਨਾ ਅਗਲੇ। ਚਲੋ ਮੈਂ ਇਹ ਨੀ ਕਹਿੰਦਾ ਵੀ ਜਿੱਦਾਂ ਹੁਣ ਕਹਿ ਦਿੰਦੇ ਆ ਉਹ ਐਕਸਟਰਾ ਲੈਂਦੇ ਆ ਜਾਂ ਇੱਦਾਂ ਜੋ, ਚੱਲ ਫਿਰ ਕੀ ਹੋ ਗਿਆ ਯਾਰ ਹਨਾ। ਉੱਦਾਂ ਇੰਨੇ ਪੈਸੇ ਆਪਾਂ ਹੋਰ ਚੀਜ਼ਾਂ 'ਤੇ ਲਾ ਦੇਈਦੇ, ਦਵਾਈਆਂ 'ਤੇ ਲਾ ਦੇਈਦੇ ਆ ਹਨਾ, ਡਾਕਟਰਾਂ 'ਤੇ ਲਾ ਦੇਈਦੇ ਆ, ਤਾਂ ਜੇ 50-100 ਰੁਪਇਆ ਵੱਧ ਵੀ ਚੱਲ ਜੂਗਾ ਕਿਸੇ ਮਿਹਨਤ ਕਰਨ ਵਾਲੇ ਬੰਦੇ ਨੂੰ, ਕੋਈ ਮਾੜੀ ਗੱਲ ਤਾਂ ਨਹੀਂ ਹੈ। ਗੱਲ ਬਾਤ ਦੇਖ ਇੱਧਰ ਟਰੱਕ ਵਾਲੇ ਮੈਨੂੰ ਪੱਗ ਵਾਲਾ ਮੁੰਡਾ ਬੜਾ ਘੈਂਟ ਲੱਗਦਾ ਹੈ, ਸਵਲੇ ਜਿਹੇ ਰੰਗ ਦਾ। ਹੋਮ ਸਵੀਟ ਹੋਮ, ਹੋਮ ਸਵੀਟ ਹੋਮ, ਹੋਮ ਸਵੀਟ ਹੋਮ, ਕਹਿੰਦਾ ਹੋਮ ਸਵੀਟ ਮੋਮ। ਹਾਂਜੀ ਆ ਗਏ ਜੀ ਘੁੰਮ ਫਿਰ ਕੇ। ਸ਼ੋਪਿੰਗ ਵਾਲਾ ਤਾਂ ਚਲੋ ਘਰਦਿਆਂ ਦਾ ਹੀ ਸੀ ਸਿਸਟਮ, ਪਰ ਮੈਨੂੰ ਜ਼ਿਆਦਾ ਇਹੀ ਆ ਵੀ ਘੁੰਮਣ ਫਿਰਨ ਨੂੰ ਮਿਲ ਜਾਵੇ ਜਿੱਦਾਂ ਦੇ ਆਏ। ਮੈਨੂੰ ਲੱਗਦਾ ਤੀਜਾ ਕੁ ਦਿਨ ਆ ਆਪਾਂ ਨੂੰ ਆਇਆਂ ਨੂੰ ਇੱਥੇ US 'ਚ, ਮੈਨੂੰ ਤਾਂ ਇਹ ਹੁੰਦਾ ਵੀ ਬਾਹਰ ਨਿਕਲ ਕੇ ਦੇਖੀਏ ਕਿਹੋ ਜਿਹਾ ਮਾਹੌਲ ਆ, ਕਿਹੋ ਜਿਹਾ ਸ਼ਹਿਰ ਆ, ਬਸ ਐਵੇਂ ਹੀ ਆ। ਤਾਂ ਹੁਣ ਨੈਕਸਟ ਵਲੋਗ ਦੇ ਵਿੱਚ ਆਪਾਂ ਤੁਹਾਨੂੰ ਦਿਖਾਵਾਂਗੇ ਲੇਕ, ਕਿਉਂਕਿ ਵੈਨਸਡੇ ਆਪਾਂ ਜਾਣਾ, ਇੱਥੇ ਲੇਕ ਆ ਇੱਕ ਬਹੁਤ ਸੋਹਣੀ ਆ। ਲਾਸਟ ਟਾਈਮ ਮੈਂ ਦੇਖੀ ਸੀ, ਆਪਾਂ ਟਰੈਵਲ ਕਰਦੇ ਪਏ ਸੀ ਕਿਤਿਓ, ਅਤੇ ਉੱਥੇ ਜਾਵਾਂਗੇ ਤਾਂ ਆਪਾਂ ਨਾਲੇ ਤੁਹਾਨੂੰ ਦਿਖਾਵਾਂਗੇ। ਬਣੇ ਰਹੋ ਆਪਣੇ ਨਾਲ ਬਈ, ਜਿਹੜੇ ਪਹਿਲੀ ਵਾਰੀ ਦੇਖਦੇ ਆ ਸਬਸਕ੍ਰਾਈਬ ਕਰ ਦਿਓ, ਅਤੇ ਨਾਲੇ ਲਾਈਕ ਕਰ ਦਿਓ ਵੀਡੀਓ ਨੂੰ, ਅਤੇ ਆਪਾਂ ਤੁਹਾਨੂੰ ਮਿਲਦੇ ਹਾਂ ਅਗਲੀ ਵੀਡੀਓ 'ਚ, ਅਗਲੇ ਵਲੋਗ 'ਚ। ਤਦ ਤੱਕ ਲਈ ਸਬਸਕ੍ਰਾਈਬ ਕਰਕੇ ਜਾਇਓ, ਠੀਕ ਆ, ਠੀਕ ਆ ਜੀ। ਸਤਿ ਸ਼੍ਰੀ ਅਕਾਲ, ਸੀ ਯੂ, ਬਾਏ ਬਾਏ।